ਆਲਮੋਸਟ ਹੈਗਾ 80 ਤੋਂ 85 ਕੁਇੰਟਲ ਦੇ ਵਿੱਚ ਇਹਦਾ ਵੇਟ ਲਿਆ ਸੀ ਕਰਾਇਆ ਨਹੀਂ ਹੈਗਾ ਮਤਲਬ ਆਈਡੀਆ ਹੈ ਭਾਜੀ AK-47 ਹੈ ਭਾਜੀ ਠੀਕ ਹੈ ਇਹ ਵੀ ਅਸੀਂ ਸਾਰਾ CNC ਮਸ਼ੀਨ ਜਿਹੜੀ ਲੇਜ਼ਰ ਕਟਿੰਗ ਦੀ ਮਸ਼ੀਨ ਆ ਉਹਦੇ ਤੇ ਅਸੀਂ ਇਹ ਡਿਜ਼ਾਈਨ ਕੀਤੀਆਂ ਹੋਈਆਂ ਹਾਂਜੀ ਸਵਾਗਤ ਹੈ ਜੀ ਤੁਹਾਡਾ ਚੈਨਲ ਤੇ ਤੇ ਜਿੱਦਾਂ ਕਿ ਤੁਸੀਂ ਜਾਣਦੇ ਆ ਪਹਿਲਾਂ ਟਰੈਕਟਰ ਆਪਾਂ ਤੁਹਾਨੂੰ ਦਿਖਾਇਆ ਸੀ AC ਵਾਲਾ ਤੇ ਉਹ ਤੋਂ ਬਾਅਦ ਚ ਆਪਾਂ ਇੱਕ ਟਰੈਕਟਰ ਦਿਖਾਇਆ ਸੀ ਕੈਨੇਡਾ ਜਿਹੜਾ ਕਿ ਭੇਜਿਆ ਗਿਆ ਜਿਹਨੂੰ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਤੇ ਉਹ ਤੋਂ ਬਾਅਦ ਚ ਤੁਹਾਨੂੰ ਦਿਖਾਵਾਂਗੇ ਅੱਜ ਟਰਾਲੀ ਤੇ ਸੋਚ ਤੋਂ ਵੀ ਪਰੇ ਟਰਾਲੀ ਆ ਐਡੀ ਵੱਡੀ ਟਰਾਲੀ ਆ ਕਿ ਆਪਾਂ ਸੋਚ ਵੀ ਨਹੀਂ ਸਕਦੇ ਆਮ ਟਰਾਲੀ ਆ ਆਪਾਂ 16 ਫੁੱਟ ਹੁੰਦੀ ਵੱਧ ਤੋਂ ਵੱਧ 18 ਫੁੱਟ ਹੁੰਦੀ ਆ ਤੇ ਇਹਦੀ ਦੁੱਗਣੀ ਤੋਂ ਵੀ ਵੱਡੀ ਟਰਾਲੀ ਆ ਟਰਾਲੀ ਦਿਖਾਉਂਦੇ ਆ ਤੁਹਾਨੂੰ 40 ਫੁੱਟ ਟਰਾਲੀ ਆ ਜਾਓ ਲਓ ਜੀ ਟਰਾਲੀ ਤੁਹਾਡੇ ਸਾਹਮਣੇ ਆ ਜੀ 40 ਫੁੱਟ ਟਰਾਲੀ ਤੇ ਭਾਜੀ ਹੁਣਾਂ ਕੋਲੋਂ ਪੁੱਛਦੇ ਆ ਵੀ ਕੀ ਮਕਸਦ ਹੈ ਐਡੀ ਟਰਾਲੀ ਬਣਾਉਣ ਦਾ ਇਹ ਸ਼ੁਰੂ ਹੋ ਗਈ ਆ ਜੀ ਮੁੱਕਦੀ ਨਹੀਂ ਅਜੇ ਹੁਣ ਆਪਾਂ ਅੰਕਲ ਤੋਂ ਪੁੱਛਦੇ ਹਾਂ ਵੀ ਐਡੀ ਟਰਾਲੀ ਬਣਾਉਣ ਦਾ ਕੀ ਮਕਸਦ ਹੈ ਜੀ ਹਜ਼ੂਰ ਸਾਹਿਬ ਆ ਤੋਂ 5 ਮਹੀਨੇ ਪਹਿਲਾਂ ਨਾ ਟਰੈਕਟਰ 'ਤੇ ਟਰਾਲੀ ਦੇ ਕੇ ਆਇਆ ਜੀ ਬਾਬਾ ਜੀ ਉਹ ਕਹਿੰਦੇ ਵੀ ਜਸਿੰਦਰ ਸਿੰਘ ਟਰਾਲੀ ਛੋਟੀ ਆ ਮੈਂ ਕਿਹਾ ਬਾਬਾ ਜੀ ਹੁਣ ਵੇਖ ਕੇ ਬਿਨਾਂ ਹਿੰਮਤ ਸੀ ਮੈਂ ਬਣਾ ਲਈ ਆ ਅਤੇ ਆਪਾਂ ਮਨੀ ਨਾਲ ਗੱਲ ਕਰ ਲੈਂਦੇ ਠੀਕ ਹੈ ਅਤੇ ਦੂਜੇ ਦਿਨ ਮਨੀ ਨਾਲ ਗੱਲ ਕੀਤੀ ਮਨੀ ਕਹਿੰਦਾ ਵੀ ਬਾਬਾ ਜੀ ਜਿੱਡੀ ਵੀ ਤੁਸੀਂ ਚਾਹੁੰਦੇ ਹੋ ਉੱਡੀ ਟਰਾਲੀ ਬਣਾ ਲਓ ਤੁਸੀਂ ਆਪ ਬਾਣੀ ਦੇ ਦਿਓ ਅਤੇ ਮਾਇਆ ਮੈਂ ਇੱਥੋਂ ਆਪੇ ਭੇਜ ਦੂੰਗਾ ਇਹ ਮਨੀ ਅਤੇ ਮਨੀ ਦੇ ਦੋਸਤ ਆ ਜੀ ਠੀਕ ਹੈ ਅਤੇ ਇੱਕ ਮੁੰਡਾ ਹੋਰ ਆ ਦੋਨੇ ਤੋਂ ਉਹਨਾਂ ਨੇ ਸੇਵਾ ਕੀਤੀ ਆ ਇਹ ਬਾਬਾ ਨਿੰਦਰ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਦੀ ਮਿਹਰਬਾਨੀ ਆ ਜਿਨ੍ਹਾਂ ਨੇ ਆਪ ਹੀ ਇਹ ਸੇਵਾ ਲਈ ਆ ਜੇ ਅਸੀਂ ਕਹਿੰਦੇ ਅਸੀਂ ਇੰਨੀ ਯੋਗੇ ਹੈ ਨਹੀਂ ਅਤੇ ਬਾਬੇ ਬਲਵਿੰਦਰ ਸਿੰਘ ਦੀ ਅਤੇ ਬਾਬੇ ਨਿੰਦਰ ਸਿੰਘ ਆਪਣੇ ਘਰ ਆਉਂਦੇ ਆ ਅਤੇ ਉਹਨਾਂ ਦੀ ਸਾਰੀ ਇਹ ਕਿਰਪਾ ਆ ਉਹਨਾਂ ਦੀ ਕਿਰਪਾ ਦੇ ਨਾਲ ਹੀ ਇਹ ਸਭ ਕੁਛ ਹੋਇਆ ਬਾਕੀ ਆ ਜੋ ਨਾਂ ਲਿਖੇ ਆ ਇਸ ਡੇਰੇ 'ਤੇ ਆਪਾਂ ਜਾਂਦੇ ਹਾਂ ਜਿੱਦਾਂ ਮਾਨਖੇੜੀ ਠੀਕ ਹੈ ਮਰਿੰਡੇ ਲੱਗੇ ਆ ਗੁਰਦੁਆਰਾ ਸਾਹਿਬ ਮਾਨਖੇੜੀ ਉੱਥੇ ਬਾਬਾ ਸੁੱਚਾ ਸਿੰਘ ਜੀ ਇਸਲੇ ਮੌਜੂਦਾ ਮੁਖੀ ਆ ਇਹ ਤੁਸੀਂ ਦੱਸਿਓ ਜੀ ਹੁਣ ਟਰਾਲੀ ਕਿੱਡੀ ਵੱਡੀ ਆ ਕਿੰਨੇ ਫੁੱਟ ਰਾਤੀ ਆ ਇਹ ਜੀ ਹੱਕ ਤੋਂ ਲੈ ਕੇ ਪੌੜੀ ਤੱਕ 52 ਫੁੱਟ ਆ ਬਾਕੀ ਜਿਹੜਾ ਇਹਦਾ ਡੱਲ ਆ ਉਹ 40 ਫੁੱਟ ਆ ਅਤੇ ਜਿੱਦਾਂ ਅੱਜ ਤੱਕ ਅੱਗੇ ਵੀ ਇੱਥੇ ਮੇਰੇ ਵੀਰ ਆਏ ਸੀ ਉਹ ਫਿਲਮ ਬਣਾ ਕੇ ਗਏ ਆ ਉਹ ਕਹਿੰਦੇ ਅੱਜ ਤੱਕ ਐਡੀ ਟਰਾਲੀ ਨਾ ਤਾਂ ਬਣੀ ਆ ਅਤੇ ਬਾਕੀ ਦੇਖੋ ਗਾਂਹ ਤਾਂ ਦੁਨੀਆ ਭਰੇ ਤੋਂ ਭਰੇ ਆ ਇਹਦੇ ਬਾਰੇ ਨਹੀਂ ਕਹਿ ਸਕਦੇ ਆਪਾਂ ਜਾਣੀ ਐਡੀ ਟਰਾਲੀ ਜਾਣੀ ਪਹਿਲੀ ਟਰਾਲੀ ਆ ਜਿਹੜੀ ਐਡੀ ਵੱਡੀ ਬਣੀ ਅੱਜ ਤੱਕ ਦੀ ਸਭ ਤੋਂ ਵੱਡੀ ਅੱਜ ਤੱਕ ਦੀ ਸਭ ਤੋਂ ਵੱਡੀ ਟਰਾਲੀ ਆ ਅਤੇ ਬਾਬੇ ਨਿੰਦਰ ਸੋਨੀ ਆਪ ਹੀ ਇੱਥੇ ਆਏ ਸੀ ਤਾਰਾ ਸਿੰਘ ਜੀ ਉਹਨਾਂ ਦੇ ਕੋਲ ਉਹ ਆਪ ਹੀ ਕਹਿ ਕੇ ਗਏ ਵੀ ਐਡੀ ਟਰਾਲੀ ਸਾਨੂੰ ਚਾਹੀਦੀ ਐਡੀ ਟਰਾਲੀ ਬਣਾਓ ਬਾਕੀ ਆਪਾਂ ਤਾਂ ਜਿੱਦਾਂ ਉਹਨਾਂ ਦੀ ਚਰਨਾਂ ਦੇ ਧੂੜਾ ਜੋ ਉਹਨਾਂ ਨੇ ਕਿਹਾ ਉਹ ਆਪਾਂ ਸੇਵਾ ਕਰਦੇ ਹਾਂ ਇੱਕ ਦਸ ਦੇ ਸਪੈਸ਼ਲਿਟੀ ਆ ਇਹਦੇ ਵਿੱਚ ਮਗਰ ਡਾਲਾ ਖੋਲ੍ਹ ਦਿੰਦੇ ਹਾਂ ਅਤੇ ਨਾਲ ਹੀ ਪੌੜੀ ਉਹ ਆਪਾਂ ਪਿੱਛੇ ਦਿਖਾ ਦਿੰਦੇ ਹਾਂ ਜੀ ਆ ਜਾਓ ਸਾਰੀ ਸੰਗਤ ਆ ਜਾਓ ਇਹ ਜਿਹੜੀ ਪੌੜੀ ਆ ਜੀ ਜਦੋਂ ਡਾਲਾ ਲਾਉਂਦੇ ਅੰਦਰ ਚਲ ਜਾਂਦੀ ਆ ਜਦੋਂ ਡਾਲਾ ਖੋਲ੍ਹਦੇ ਐਟੋਮੈਟ ਕੇ ਪਿੱਛੇ ਆ ਜਾ ਇਹ ਪੌੜੀ ਹੱਕ ਤੋਂ ਲੈ ਕੇ ਪੌੜੀ ਤੱਕ 52 ਫੁੱਟ ਆ ਇਹਦਾ ਜਿਹੜਾ ਅੰਦਰ ਅੰਦਰ ਡਾਲਾ ਜਿਹੜਾ ਆ ਇਕੱਲਾ ਟਰਾਲੀ ਦਾ ਉਹ 40 ਫੁੱਟ ਆ ਜੀ ਸਾਰੇ ਪਾਸੇ ਪੁੱਜ ਜਾ ਹਾਂਜੀ ਹੋਕਾ ਜੀ ਬਾਬਾ ਜੀ ਦੀ ਅਸੀਂ ਫੋਟੋ ਲਾਈ ਹੈ ਦੇ ਲਓ ਵੀ ਤੇ ਐਨ ਵਧੀਆ ਜੀ ਕਰਕੇ ਹਾਂਜੀ ਹੁਣ ਆਪਾਂ ਅੰਕਲ ਹੁਣਾਂ ਨਾਲ ਕਰ ਲਈ ਹੈ ਗੱਲ ਉਸ ਤੋਂ ਬਾਅਦ ਕਰਦੇ ਹਾਂ ਜੀ ਜਿਹਨਾਂ ਨੇ ਟਰਾਲੀ ਬਣਾਈ ਆ ਉਹਨਾਂ ਤੋਂ ਪੁੱਛਦੇ ਆ ਵੀ ਡਿਟੇਲ ਦੇ ਵਿੱਚ ਕੀ ਇਹਦਾ ਕੰਮ ਕਾਰ ਹੋਇਆ ਅਤੇ ਕੀ ਇਹਦੇ ਵਿੱਚ ਸਪੈਸ਼ਲਿਟੀ ਆ ਪਹਿਲਾਂ ਤਾਂ ਭਾਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਪਰ ਸਤਿ ਸ਼੍ਰੀ ਅਕਾਲ ਜੀ ਭਾਜੀ ਐਡੀ ਟਰਾਲੀ ਬਣਾਈ ਆ ਇਹਦੇ ਪਿੱਛੇ ਮਕਸਦ ਤਾਂ ਆਪਾਂ ਨੂੰ ਲੱਗ ਗਿਆ ਪਤਾ ਅੰਕਲ ਹੁਣਾਂ ਦੱਸ ਦਿੱਤਾ ਵੀ ਹਜੂਰ ਸਾਹਿਬ ਲੰਗਰ ਸੇਵਾ ਵਾਸਤੇ ਜਾਣੀ ਆ ਭਾਜੀ ਇਹਦਾ ਹੁਣ ਤੁਸੀਂ ਥੋੜ੍ਹੀਆਂ ਜਿਹੀਆਂ ਜਿਹੜੀਆਂ ਬਰੀਕੀ ਦੇ ਵਿੱਚ ਚੀਜ਼ਾਂ ਦੱਸਣੀਆਂ ਆ ਟੈਕਨੀਕਲ ਵਰਕ ਕੀ ਇਹਦੇ ਵਿੱਚ ਸਪੈਸ਼ਲ ਲੱਗਾ ਆ ਅਤੇ ਕੀ ਇਹਦੇ ਵਿੱਚ ਹੈਗਾ ਤੁਸੀਂ ਦੱਸਿਓ ਮਾੜਾ ਜਿਹਾ ਹੁਣ ਸਾਨੂੰ ਇੱਕ ਤਾਂ ਭਾਜੀ ਜਿਹੜੀ ਇਹਦੀ ਆਪਣੀ ਲੈਂਥ ਚਲੋ ਤੁਹਾਨੂੰ ਮਿਲਾ ਦੱਸ ਹੀ ਦਿੱਤੀ ਹੋਣੀ ਬਾਬਾ ਜੀ ਨੇ 40 ਫੁੱਟ ਇਹਦੀ ਲੈਂਥ ਆ ਇਨਸਾਈਡ ਜਿਹੜੀ ਅੰਦਰ ਅੰਦਰਲੀ ਲੈਂਥ ਆ ਨਾ ਉਹ 40 ਫੁੱਟ ਜੇ ਆਪਾਂ ਟੋਟਲ ਲੈਂਥ ਦੀ ਗੱਲ ਕਰੀਏ ਆਪਣੇ 50 ਫੁੱਟ ਬਣਦੀ ਆ 50 ਫੁੱਟ ਇਹਦੀ ਟੋਟਲ ਲੈਂਥ ਆ ਗਾਟਾ ਪਾ ਕੇ ਹਾਂ ਮਤਲਬ ਸਾਰੇ ਹੁੱਕ ਪਾ ਕੇ ਤੇ ਪਿੱਛੇ ਜਿਹੜਾ ਆਪਾਂ ਲਾਇਆ ਆ ਪੌੜੀ ਦਾ ਸਿਸਟਮ ਲਾਇਆ ਆ ਉਹ ਸਾਰਾ ਪਾ ਕੇ ਮਤਲਬ 50 ਫੁੱਟ ਲੈਂਥ ਆ ਟੋਟਲ ਇਹਦੀ ਤੇ ਬਾਕੀ ਜਿਹੜੇ ਭਾਜੀ ਇਹਦੇ ਐਕਸਲ ਇਹਦੇ ਵਿੱਚ ਯੂਜ਼ ਕੀਤੇ ਆਪਾਂ ਦੇਖੋ ਜਿਹੜੇ ਐਕਸਲ ਜਿਹੜੇ ਆ ਇਹ ਰੇਲ ਦੇ ਐਕਸਲ ਯੂਜ਼ ਕੀਤੇ ਆਪਾਂ ਇਹਦੇ ਵਿੱਚ ਰੇਲ ਦਾ ਧੁਰਾ ਲੱਗਾ ਜੀ ਹਾਂ ਰੇਲ ਦੇ ਧੁਰੇ ਕਹਿ ਸਕਦੇ ਤੁਸੀਂ ਜਿਹੜੇ ਨਾਰਮਲ ਟਰਾਲੀ ਨੂੰ ਲੱਗਦੇ ਆ ਮਤਲਬ ਉਹਨਾਂ ਨਾਲੋਂ ਵੀ ਹੈਵੀ ਲੱਗੇ ਹੋਏ ਆ 3 ਐਕਸਲ ਜਿਹੜੇ ਰੇਲ ਦੇ ਲੱਗੇ ਆ ਜਿਹੜੇ ਟਾਇਰ ਆ MRL ਦੇ ਟਾਇਰ ਆ ਆਪਣੇ ਠੀਕ ਹੈ ਸਾਈਜ਼ ਇਹਨਾਂ ਦਾ ਸਾਈਜ਼ ਵੀ ਸਪੈਸ਼ਲ ਹੈ ਨਾ ਹਾਂਜੀ ਇਹ ਰਿਮ ਜਿਹੜੇ ਆਪਾਂ ਆਪ ਹੀ ਤਿਆਰ ਕੀਤੇ ਆ ਸਪੈਸ਼ਲ ਇਹ 1947 ਦੇ ਟਾਇਰ ਆ ਇਹ ਠੀਕ ਹੈ ਇਹਦੇ ਵਿੱਚ ਤੇ ਜਿਹੜਾ ਮੇਨ ਆਪਣਾ ਭਾਜੀ ਜੈਕ ਸਿਸਟਮ ਲਾਇਆ ਹੋਇਆ ਪਹਿਲੀ ਵਾਰ ਆਪਾਂ ਅੱਜ ਤੱਕ ਨਹੀਂ ਲੱਗਾ ਹੋਇਆ ਕਿਸੇ ਟਰਾਲੀ ਇਹ ਮਤਲਬ ਪਹਿਲੀ ਵਾਰ ਇਹਨੂੰ ਹੀ ਲੱਗਾ ਆ ਜਿਹੜਾ ਆਪਣਾ ਜੈਕ ਲੱਗਾ ਨਾ
ਜਦੋਂ ਆਪਾਂ ਟਰਾਲੀ ਲੰਬੇ ਟਾਈਮ ਲਈ ਖੜੀ ਕਰਨੀ ਹੈ ਕਿਤੇ, ਠੀਕ ਹੈ ਜੀ, ਜਿਹੜਾ ਆਪਣਾ ਵੇਟ ਆ ਟਰਾਲੀ ਦਾ ਉਹ ਚਾਰੇ ਕਾਰਨਰ ਦੇ ਵਿੱਚ ਜੈਕ ਲੱਗੇ ਇਹਦੇ ਨਾਲ ਦੇ, ਚਾਰ ਜੈਕ ਲੱਗੇ, ਹਾਂ ਉਹ ਜੈਕਾਂ ਦੇ ਉੱਪਰ ਵੇਟ ਆ ਜਾਊਗਾ ਟਰਾਲੀ ਦਾ, ਟਾਇਰ ਮਤਲਬ ਫ੍ਰੀ ਹੋ ਜਾਣੇ ਆ, ਠੀਕ ਹੈ, ਟਾਇਰਾਂ ਦੇ ਉੱਪਰ ਵੇਟ ਨਹੀਂ ਰਹਿਣਾ ਹੈਗਾ। ਇਹਦਾ ਮਕਸਦ ਇਦਾਂ ਆ ਜਿੱਦਾਂ ਹੁਣ ਲੰਗਰ ਲੱਗਣਾ ਕਿਤੇ ਜਗ੍ਹਾ 'ਤੇ ਟਰਾਲੀ ਲੰਬੇ ਟਾਈਮ ਲਈ ਖੜਨੀ ਆ, ਠੀਕ ਆ, ਉਹਦੇ ਨਾਲ ਫਿਰ ਟਾਇਰ ਫ੍ਰੀ ਹੋ ਜਾਣੇ ਆ, ਟਾਇਰਾਂ 'ਤੇ ਕੋਈ ਵੇਟ ਨਹੀਂ ਰਹਿਣਾ ਹੈ, ਠੀਕ ਆ ਭਾਜੀ, ਹਾਂਜੀ, ਟਾਇਰਾਂ ਦੀ ਉਨੀ ਜਿੱਦਾਂ ਕਹਿੰਦੇ ਵੀ ਲਾਈਫ ਵੱਧ ਜਾਂਦੀ, ਹਾਂਜੀ ਹਾਂਜੀ, ਟਾਇਰ ਖੜੇ ਹੋ ਜਾਂਦੇ ਆ ਤੇ ਫਿਰ ਰਬੜਾਂ ਖਰਾਬ ਹੋ ਜਾਂਦੀਆਂ, ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਬਾਕੀ ਆ ਫਾਇਰ ਵਾਸਤੇ ਭਾਜੀ ਜਿੱਦਾਂ ਪੱਟੀਆਂ ਦਾ ਕੰਮ ਆ, ਹਾਂਜੀ ਹਾਂਜੀ, ਅੱਗ ਦੇ ਵਾਸਤੇ ਨੁਕਸਾਨ ਕੋ ਹੈਪਨ ਨਾ ਹੋਵੇ ਦੇ ਵਾਸਤੇ, ਉਹਦੇ ਵਾਸਤੇ ਪਹਿਲੇ ਹੀ ਆਪਾਂ ਸੇਫਟੀ ਮਤਲਬ ਇੰਡੀਕੇਟਰ ਲਾਏ ਆ ਜੀ, ਤੇ ਬ੍ਰੇਕਾਂ ਲੱਗੀਆਂ ਜੋ ਹਨਾ, ਹਾਂਜੀ, ਕਲੀਅਰ, ਟੇਲ ਲਾਈਟ ਭਾਜੀ ਪਿੱਛੇ ਵੀ ਲਾਈ ਆ, ਹਾਂ ਟੇਲ ਲਾਈਟਾਂ ਭਾਜੀ ਲੱਗੀਆਂ ਪਿੱਛੇ ਵੀ, ਇੰਡੀਕੇਟਰ ਆ, ਟੇਲ ਲਾਈਟਾਂ ਲੱਗੀਆਂ ਹੋਈਆਂ, ਠੀਕ ਆ ਜੀ, ਤੇ ਇਹ ਪੌੜੀ ਲਾਈ ਆ, ਠੀਕ ਆ, ਇਹਦੇ ਵਾਸਤੇ ਜਿੱਦਾਂ ਕਹਿੰਦੇ ਵੀ ਸੌਖਾ ਡਾਲੇ ਦੇ ਵਿੱਚ ਚੜ੍ਹਨਾ ਸੌਖਾ ਟਰਾਲੀ ਦੇ ਵਿੱਚ, ਇਹ ਨਾਲ ਹੀ ਆ ਜੀ, ਜੋੜੀ ਆ ਨਾ ਜੀ, ਨਾਲ ਹੀ ਆ ਜੀ, ਹਾਂ ਇਹ ਡਾਲੇ ਦੇ ਨਾਲ ਹੀ ਭਾਜੀ ਫੋਲਡ ਹੋ ਜਾਂਦੀ ਆ ਜਦੋਂ ਆਪਾਂ ਡਾਲਾ ਬੰਦ ਕਰਨਾ ਨਾ, ਭਾਰੀ ਸਾਰੀ ਫੋਲਡੇਬਲ ਆ, ਇਹ ਫੋਲਡ ਹੋ ਕੇ ਡਾਲੇ ਦੇ ਨਾਲ ਹੀ ਬੰਦ ਹੋ ਜਾਣੀ ਆ, ਜਦੋਂ ਡਾਲਾ ਖੋਲਣਾ ਆ ਨਾਲ ਹੀ ਇਹ ਖੁੱਲ ਜਾਣੀ ਆ, ਠੀਕ ਆ ਜੀ, ਜਿਹੜੀ ਇਹਦੀ ਭਾਜੀ ਸਾਈਡ ਆ ਉਹ ਵੀ ਆਪਾਂ ਮਤਲਬ ਸਾਰੀ ਸਾਈਡ ਖੁੱਲ ਜਾਂਦੀ ਆ, ਠੀਕ ਹੈ ਜੀ, ਇੱਧਰ ਭੱਠੀਆਂ ਲੱਗਣੀਆਂ ਨਾ ਤੇ ਫਿਰ ਇੱਧਰ ਖੁੱਲਣੀਆਂ ਸਾਰੀ, ਇਹ ਸਪਲਾਈ ਵਿੰਡੋ ਤੋਂ, ਸਪਲਾਈ ਵਿੰਡੋ ਹੋ ਗਈ ਜਿੱਦਾਂ ਸੇਵਾ ਕਰਨੀ ਸੌਖੀ ਇੱਧਰ ਬੱਚੇ ਦੀ, ਹਾਂਜੀ ਜਿੱਦਾਂ ਕੋਈ ਵੀ ਸਮਾਨ ਆਪਾਂ ਵਰਤਾਉਣਾ ਆ, ਲੰਗਰ ਵਰਤਾਉਣਾ ਆ, ਉਹਦੇ ਵਾਸਤੇ ਆਪਾਂ ਸਾਰੀ ਸਾਈਡ ਓਪਨ ਕਰਤੀ ਆ, ਖੋਲਤੀ ਆ, ਠੀਕ ਹੈ ਭਾਜੀ, ਸਾਈਡ ਤੇ ਜਿੱਦਾਂ ਕਹਿੰਦੇ ਵੀ ਸਾਈਡ ਤੇ ਲਾ ਕੇ ਇਹ ਤੇ ਇਧਰਲੇ ਪਾਸੇ ਓਪਨ ਕਰਕੇ ਜਿੱਦਾਂ ਸਰਵਿੰਗ ਕਰਨੀ ਸੌਖੀ ਇਧਰਲੇ ਪਾਸੇ ਸਾਰਾ, ਇਹ ਵੀ ਡਿਜ਼ਾਈਨ ਭਾਜੀ ਦਾ ਆਪ ਹੀ ਤਿਆਰ ਕੀਤਾ ਸਾਰਾ, ਡਿਜ਼ਾਈਨ ਭਾਜੀ, ਡਿਜ਼ਾਈਨ ਦਾ ਤੁਸੀਂ ਪੁੱਛੋ ਤਾਂ ਡਿਜ਼ਾਈਨ ਤੋਂ ਬਿਨਾਂ ਹੀ ਸ਼ੁਰੂ ਕੀਤੀ ਆ ਟਰਾਲੀ ਅਸੀਂ, ਅੱਛਾ ਜੀ, ਹਾਂਜੀ, ਅਸੀਂ ਜਦੋਂ ਟਰਾਲੀ ਸ਼ੁਰੂ ਕੀਤੀ ਸੀ ਨਾ ਇਹਦਾ ਕੋਈ ਡਿਜ਼ਾਈਨ ਨਹੀਂ ਬਣਾਇਆ ਸੀਗਾ, ਮਤਲਬ ਟਰਾਲੀ ਬਣਦੀ ਬਣਦੀ ਤੇ ਡਿਜ਼ਾਈਨ ਬਣਿਆ ਇਹਦਾ, ਜਿੱਦਾਂ ਜਿੱਦਾਂ ਟਰਾਲੀ ਬਣੀ ਗਈ ਉਦਾਂ ਉਦਾਂ ਮਤਲਬ ਸ਼ੇਪ ਇਹਦੀ ਮਤਲਬ ਡਿਜ਼ਾਈਨਿੰਗ ਕਰਦੇ, ਬਾਬਾ ਜੀ ਦੀ ਕਿਰਪਾ ਹੋਈ ਆ ਤੇ ਉਹਨਾਂ ਦੇ ਨਾਲ ਬਸ ਜਿੱਦਾਂ ਕਹਿੰਦੇ ਵੀ ਅਸੀਂ ਹੌਲੀ ਹੌਲੀ ਕਰਦੇ ਨੇ ਡਿਜ਼ਾਈਨ ਕਰਦੇ ਗਏ ਅੱਗੇ ਦੀ ਅੱਗੇ, ਪਹਿਲਾਂ ਕੋਈ ਆਈਡੀਆ ਨਹੀਂ ਸੀ ਵੀ ਕਿੱਦਾਂ ਦੀ ਟਰਾਲੀ ਬਣਨੀ ਆ, ਪਹਿਲਾਂ ਨਹੀਂ ਪਤਾ ਸੀ ਕਿੱਦਾਂ ਦੀ ਬਣਨੀ ਆ, ਬਾਕੀ ਸਾਨੂੰ ਇਹਨਾਂ ਨੇ ਜਿੱਦਾਂ ਜਿੱਦਾਂ ਸਾਨੂੰ ਆਹ ਚੀਜ਼ਾਂ ਦੀ ਲੋੜ ਆ ਆਪਾਂ ਇਹਨਾਂ ਦੀ ਲੋੜਾਂ ਨੂੰ ਪੂਰੇ ਕਰਦੇ ਹੋਏ ਫਿਰ ਉਸ ਹਿਸਾਬ ਨਾਲ ਡਿਜ਼ਾਈਨ ਕੀਤੀ ਹੈ, ਠੀਕ ਹੈ, ਫਾਈਨਲ ਸ਼ੇਪ ਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਜੀ, ਹਾਂਜੀ, ਨਹੀਂ ਟਰਾਲੀ ਤਾਂ ਬਹੁਤ ਸੋਹਣੀ ਬਣੀ ਆ ਜੀ, ਥੱਲੇ ਪਿੱਛੇ ਵੀ ਲਾਈਟਾਂ ਲਾਤੀਆਂ ਨਾ ਜੀ, ਸਾਰੀਆਂ ਲਾਈਟਾਂ ਲੱਗੀਆਂ ਜੀ, ਸਾਰੇ ਪਿੱਛੇ ਵੀ ਸਾਈਡਾਂ ਤੇ ਵੀ ਥੱਲੇ ਸਾਰੇ ਪਾਸੇ ਮਤਲਬ ਲਾਈਟਿੰਗ ਲੱਗੀ ਹੈ, ਠੀਕ ਹੈ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਜ਼ਿਆਦਾ ਲੇਟ ਹੋ ਗਿਆ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਜਸਵੀਰ ਸਿੰਘ ਨਡਾਲੋਂ ਤੋਂ, ਸੰਤ ਬਾਬਾ ਨਨਦਾਨ ਸਿੰਘ ਦੇ ਜਨਮ ਸਥਾਨ ਤੋਂ, ਅੱਜ ਜੋ ਆਪ ਜੀ ਦੇਖ ਰਹੇ ਹੋ ਇਹ ਟਰਾਲੀ ਤਕਰੀਬਨ 51 ਫੁੱਟ ਬਣਾਈ ਗਈ ਆ। ਤਾਰਾ ਸਿੰਘ ਬਿਲਗਾਂ ਤੋਂ ਜੋ ਫੈਕਟਰੀ ਹੈ ਉਹਨਾਂ ਦੇ ਫੋਰਮੈਨ ਸਾਹਿਬ ਵੀ ਖੜ੍ਹੇ, ਉਹਨਾਂ ਦੇ ਬੇਟਾ ਜੀ ਵੀ ਖੜ੍ਹੇ ਆ, ਅਤੇ ਉਹਨਾਂ ਦੀ ਮਿਹਨਤ ਨਾਲ ਬਣਾਈ ਗਈ ਆ। ਇਹ ਭਾਈ ਸਾਹਿਬ ਖੜ੍ਹੇ ਨੇ ਮੇਰੇ ਸੱਜੇ ਪਾਸੇ, ਇਹਨਾਂ ਨੇ ਸੇਵਾ ਕਰਾਈ ਆ। ਇਹ ਸੇਵਾ ਜਿਹੜੀ ਕਰਾਈ ਆ ਇਹ ਟਰਾਲੀ ਹਜ਼ੂਰ ਸਾਹਿਬ ਸੰਤ ਬਾਬਾ ਨਨਦਾਨ ਸਿੰਘ ਦੇ ਜਨਮ ਸਥਾਨਾਂ ਦੇ ਉੱਪਰ ਇਹ ਜਾਣੀ ਆ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਾਈ ਸਾਹਿਬ ਜੀ ਦਾ ਔਰ ਇਹਨਾਂ ਦੀ ਸਾਰੀ ਸੰਗਤ ਦਾ, ਮਹਾਂਪੁਰਸ਼ਾਂ ਦਾ ਜਿਨ੍ਹਾਂ ਨੇ ਇਕੱਠੇ ਹੋ ਕੇ ਇਹ ਟਰਾਲੀ ਦੀ ਸੇਵਾ ਕਰਾ ਕੇ ਬਹੁਤ ਹੀ ਇੱਕ ਪੁੰਨ ਦਾ ਕੰਮ ਕੀਤਾ ਹੈ ਕਿ ਇਹਦੀ ਲੋੜ ਸੀ ਬਹੁਤ ਵੱਡੀ ਔਰ ਮੇਰਾ ਖਿਆਲ ਹੈ ਕਿ ਇਸ ਤੋਂ ਵੱਡੀ ਟਰਾਲੀ ਪਹਿਲਾਂ ਸ਼ਾਇਦ ਬਣੀ ਵੀ ਨਹੀਂ ਹੈ। ਇਹ ਆਲ ਓਵਰ ਤਕਰੀਬਨ 51 ਫੁੱਟ ਜਿਹੜੀ ਇਹਦੀ ਲੰਬਾਈ ਆ ਟਰਾਲੀ ਦੀ। ਇਹ ਟਰਾਲੀ ਜਿਹੜੀ ਆ ਮੇਰੇ ਤਾਂ ਜ਼ਿੰਦਗੀ 'ਚ ਪਹਿਲੀ ਵਾਰੀ ਮੈਂ ਦੇਖੀ ਐਡੀ ਵੱਡੀ ਟਰਾਲੀ, ਇਸ ਤੋਂ ਪਹਿਲਾਂ ਮੈਂ ਵੱਡੀ ਟਰਾਲੀ ਨਹੀਂ ਦੇਖੀ। ਮੈਨੂੰ ਲੱਗਦਾ ਕਿ ਇਹ ਤਾਰਾ ਸਿੰਘ ਬਿਲਗਾਂ ਦੀ ਜਿਹੜੀ ਫੈਕਟਰੀ ਆ ਉਹਦੇ ਵਿੱਚ ਵੀ ਐਡੀ ਵੱਡੀ ਟਰਾਲੀ ਜਿਹੜੀ ਹੈ ਪਹਿਲੀ ਵਾਰੀ ਬਣੀ ਹੋਵੇਗੀ। ਸੋ ਇਹਨਾਂ ਦਾ ਵੀ, ਫੋਰਮੈਨ ਸਾਹਿਬ ਜੀ ਦਾ, ਇਹਨਾਂ ਦੇ ਬੇਟਾ ਜੀ ਦਾ, ਭਾਈ ਸਾਹਿਬ ਜੀ ਦਾ, ਸਾਰਿਆਂ ਦਾ ਅਸੀਂ ਅੱਜ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸ਼ੁਕਰਗੁਜ਼ਾਰ ਹੈ, ਪਰਮਾਤਮਾ ਇਹਨਾਂ 'ਤੇ ਮਿਹਰ ਪਰਿਆਤ ਰੱਖੇ, ਇਸੇ ਤਰ੍ਹਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਵੱਧ ਚੜ੍ਹ ਕੇ ਸੇਵਾਵਾਂ ਕਰਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।